टाइम थी ना यार का मैं नहा धो के फिट जुम्मे दी दिन जैसा क्या जुम्मे जुम्मे दे वाले ना लिख शेर तुम तो पता है ये बिसुरत हाँ लेकिन जुम्मे से शेर के काफिर तरसते हैं त्योहारों को मुसलमान भी कितने किस्मत वाले हैं हर जुम्मे ईद मनाते हैं जुम्मे दे वाले नाल मारो सब्सक्राइब लाइक ਟਾਈਮ ਬਸ ਪੂਰਾ ਪੂਰਾ ਹੀ ਇੱਥੂ ਜੁਲਦੇ ਸਿੱਧਾ ਕਿੱਥੇ ਇਰਫਾਨ ਗਫੂਰੀ ਦਿਨਾਲਾ ਜੁਮਾ ਪੜਾਂਦਾ ਮੇਰਾ ਮੂਡ ਇਰਾਦਾ ਹੈ ਉਹਨਾਂ ਨਾਲ ਜੁਮਾ ਹੀ ਪੜਸੂ ਤੇ ਉੱਥੇ ਤੋਂ ਨੇ ਮਜ਼ੇ ਦੀ ਗੱਲ ਸੁਣਾ ਸ ਬੋੜੀ ਵੀ ਆਈ ਪੀ ਹੈ ਤੇ ਬੋੜੀ ਆਲਾ ਗੱਲ ਹੈ ਤੂੰ ਸਜਣ ਸੁਣ ਸੁਣਾ ਤੋੜਾ ਦਿਲ ਹੀ ਸੀ ਕਿ ਯਾਰ ਫਾਕਿਰ ਤੂੰ ਇਜੇ ਕੰਮ ਹੀ ਕਰੇਂਦਾ ਵਦ ਨਹੀਂ ਅੱਛਾ ਕੰਮ ਅੱਛਾ ਬੁਰਾ ਨਹੀਂ ਤਾਂ ਚਲੋ ਜੁਲਦੇ ਕਰੇਂਦਾ ਵਦੋ ਕੇ ਜੀ वो ते वो गुगु क्यों लाई दू गुगु करके गेरड़े न बंद बंदे गू गुगु गुगु आंधा गेरड़ा तो आ तुरे हथेंद उनासी चैक के ये कदम रखम मेरे कदम भी मौका कोई ना बखता लिया तभी ही रहा है सामने चेक करो बड़ा आई था ना तेज तेज डी बस इरफान वाले गफूरी साहब आंदन उन्होंने मिल के मैं गए दरबार से ਦਰبار ਦਾ ਵਾਹ ਕਿ ਕਲਿੱਪ ਤੋਂ ਨਿਖਾਉਣੇ ਤੇ ਉਸ ਤੋਂ ਬਾਅਦ ਜੁਮੇ ਦਾ ਟਾਈਮ ਹੀ تھی ਇਸੀ ਤਵਜੂਹ ਮੇ ਤੇ ਵਾਪਸ ਆਵਸ ਹਾਲ ਤੇ ਸਿਰਫ ਵੇਟ الحمدللہ ਦਰਬਾਰ ਦੇ ਉਤੇ ਆ ਗਏ ਦਰਬਾਰ ਹੈ ਨਾ ਸਿਹਨ ਦੇ ਵਿੱਚ ਇਹ ਦੂ ਕਬਰਾਂ ਫਾਦਰ ਸੰਗ ਤੇ ਇਸਤੇ ਵਫادار ਸੰਗ ਇਹਨਾਂ ਦੇ ਦੋਸਤ ਪਤਾ ਨਹੀਂ ਉਹਨਾਂ ਹਿੰ ਕੇ ਸ਼ੇਦੀ الحمدللہ ਪਹੁੰਚ ਆਏ ਸਲਮਾਤ

ਇਪ ਮੈਂ ਇੱਕ ਸ਼ੈਕ ਰੱਖੀ ਬੈਂਕ ਕੋਲ ਅੱਜ ਮੈਂ ਨਾ ਨਵਾਂ ਇੱਕ ਚੈਨਲ ਕਲ ਕਰੀਏਟ ਕੀਤਾ ਉਹਦਾ ਨਾਮ ਹੈ ਜੀ ਕਿਹਨਾ ਵਾ ਮੇਲ ਮੈਂ ਤੈਨੂੰ ਕਿਹੜੀ ਦਸਾਈਏ ਯਾਰ ਦਿਹਾਤ ਨੈਟਵਰਕ ਦਿਹਾਤ ਨੈਟਵਰਕ ਕਹਿੰਦੇ ਕਖੜਾ ਪੜ ਗਿਜਾ ਦਿਹਾਤ ਨੈਟਵਰਕ ਤੇ ਨਾਮ ਦਾ ਚੈਨਲ ਕਰੀਏਟ ਕੀਤਾ ਉਹ ਜਿਹੜੇ ਇਨਸ਼ਾਅੱਲਾ ਉਸਤੇ ਵੀਡੀਓਜ਼ ਅਪਲੋਡ ਕਰੇਸਾ ਨਾ ਤਵਾ ਤੂੰ ਦੀ ਲਿੰਕ ਦੇਸਾ ਤੇ ਅੱਜ ਨਾ ਇੰਟਰਵਿਊ ਦਾ ਇਫਤਤਾਹ ਕਰੂੰ ਆ ਇਰਫਾਨ ਵਾਲੇ ਕਫੂਰੀ ਸਾਹਿਬ ਟਿਕਟੌਕ ਸਟਾਰ ਸਾਰੇ ਮਾਇਨਾਜ਼ ਭਾਈ ਜਿਹੜਾ ਟਿਕਟੋਕ ਦੀ ਦੁਨੀਆ ਦੇ ਵਿੱਚ ਇੱਕ ਸਿਤਾਰਾ ਹੈ ਉਹ ਉਭਰਦਾ ਹੋਇਆ ਸਿਤਾਰਾ ਹੈ ਇੰਸਟਾਗ੍ਰam ਦੇ ਸਿਤਾਰਾ ਹੈ ਅੱਜ ਕੱਲ ਫੇਸਬੁਕ ਨੂੰ ਥੋੜਾ ਘੀਲੀ ਵੰਦੇ ਫੇਸਬੁਕ ਰਾਤੋ ਰਾਤ ਦੀ ਵਾਇਰਲ થઈ ਜੀ ਇੰਜ ਨਾ 2 ਲੱਖ ਤੇ ਪਹੁੰਚਣਾ ਮਾਸ਼ਾਅੱਲਾ ਇਹ ਸਾਰੇ ਦੇ ਮਾਇਨਾਜ਼ ਸ਼ਾਗਿਰਦ ਮਾਇਨਾਜ਼ ਨਾ ਹਾਂ ਜੀ ਸਾਰੇ ਇਹ ਸਾਰੇ ਹਿੱਪਸ ਕਰਦੇ ਪਨ یے نہیں دل لگے گا نہیں تو صرف لائٹ نہ بھئی چیز اتوارے وہ ہے نہ وہ صفہ کرنے کے بعد اچھی چھٹی ہو اچھا جو انٹرویو انٹرویو شروع کریں تے واں تو ان شاء اللہ انٹرویو اگر شروع کیتا تے جڑے اپلوڈ کیتا میں لنک لے سان لازمی وان کے دکھا عرفان تو محنت کر جائے ان شاء اللہ سٹارٹ کریں جانی مینوں دی اجازت ٹھیک ہے میری اجازت رخصتی دی ٹھیک شیر ہاں شیر باقر بھائی واسطے خصوصی شعر ہے کہ ਸਬਸ ਵਾਰ ਯਾਦ ਆਵੇ ਸੀ ਇਹ ਲਾਰੇ ਦੇ ਖੇਰ ਵਿੱਚ ਯਾਦ ਆਵੇ ਸੀ ਆਸੀ ਯਾਦ ਆ ਹੇ ਖੇਰ ਮੇਰੇ ਸਤਕੀਮ ਤੇ ਨਿਕਲਦਾ ਕੀਮਤੀ ਸ਼ੇਰ ਥੋੜਾ ਬਣਾ ਕੇ ਕਿਉਂ ਖਜ਼ਾਨਾ ਹੈ ਕਿੰਨਾ ਸਾਰਾ ਉਹਦੇ ਵਿੱਚ ਉਕੜਦਾ ਪਈ ਸ਼ੇਰ ਯਾ ਹੁਣੇ ਭੋਲ ਕਿਉਂ ਯਾਦ ਕੀਦੀ ਫੜ ਰਾਮ ਕਸ ਨਹੀਂ ਆਂਦਾ ਤਾਂ ਮੈਂ ਪੜਦਾ ਤੂੰ ਪੜ ਮੈਨੂੰ ਨਹੀਂ ਆ ਤੈਨੂੰ ਨਹੀਂ ਆ ਢੇਰ ਸਾਰੇ ਥੂ ਦੂਰ ਰਹਾਂਦਾ ਮੈਂ ਢੇਰ ਸਾਰੇ ਦੇ ਨਾਲ ਨਹੀਂ ਬਣਦੀ ਢੇਰ ਸਾਰੇ ਤੇ ਤੂਰ ਰਾਂਦਾ ਮੈਂ ਢੇਰ ਸਾਰੇ ਦੇ ਨਾਲ ਨਹੀਂ ਬਣਦੀ ਜਿਹੜੇ ਬਾਕਰ ਵਡੇ ਮੁਨਾਫਿਕ ਹਨ ਇਹ ਜੇ ਯਾਰਾਂ ਦੇ ਨਾਲ ਨਹੀਂ ਬਣਦੀ ਵਾਹ ਵਾਹ ਕੀ ਇਰਫਾਨ ਭਾਈ ਤੂੰ ਇਜਾਜ਼ਤ ਘੇਨ ਕੇ ਮੋਟਰਸਾਈਕਲ ਤੇ ਚੜਦੇ ਪਏ ਤੇ ਉਸ ਤੋਂ ਬਾਅਦ ਵਲੌਗ ਸਕਿਪ ਨਹੀਂ ਕਰਨਾ ਵੈਸੋਂ ਸਿੱਧਾ ਬਾਲ ਤੇ ਬਾਲ ਖੇਰਸੂ ਤੁਹਾਨੂੰ ਅੱਜ ਮੈਂ ਸ਼ੁਮੈਸ਼ਾ ਨਿਖਾਸਾਂ ਆਪਣੀ